ਅਸੀਂ ਪੈਸੇ ਗਿਣ ਕੇ ਆਪਣੇ ਮੁਲਕ ਜਾ ਕੇ ਲੈਂਦੀਆਂ। ਇਹ ਲੋਕਾਂ ਕੋਲ ਖਿਆਲ ਕਰ ਨਹੀਂ, ਇਹ ਦਰਖਾਸਤ ਲਾਲਾ ਜੀ ਇੰਜੀਨੀਅਰ ਇੱਥਾਂ ਬਣਦੇ ਨੇ, ਡਾਕਟਰ ਇੱਥਾਂ ਬਣਦੇ ਨੇ, ਖਿਦਮਤ ਵੱਲ ਜਾ ਕੇ ਉਹਨਾਂ ਦੀ ਕਰਦੇ ਨੇ। ਸ਼ਰਮ ਤਾਂ ਕਹਿਣਾ ਆਉਂਦੀ, ਅਸੀਂ ਪੈਸੇ ਕੀਤੇ, ਹਾਏ ਹਾਏ ਹਾਏ, ਇੱਜ਼ਤ ਕੀਤੇ ਕਰਨਾ ਚਾਹੀਦਾ। ਅੱਛਾ, ਇਹ ਜੋ ਦਰਖਾਸਤ ਦੀ ਗੱਲ ਕੀਤੀ ਹੈ, ਤੁਸੀਂ ਕੋਈ ਬੁਲੇਟ ਪਰੂਫ ਗੱਡੀ ਕਿਤੇ ਦਰਖਾਸਤ ਦਿੱਤੀ ਇਹ ਸਭ ਪਤਾ ਲਗਾਈ ਜੀ? ਕਿਉਂ ਦਿੱਤੀ ਹੈ? ਖੈਰ ਤਾਂ ਹੈ ਇਹ ਵਾਸਤੇ ਕਿ ਮੇਰੇ ਕੋਲ ਬੁਲਟ ਤੋਂ ਡਰ ਲੱਗਦਾ ਹੈ। ਬੁਲਟ ਜਿੱਥਾਂ ਲੱਗ ਵਜੇ ਤੁਹਾਨੂੰ ਪਤਾ ਬਹੁ ਪੀੜ ਹੁੰਦੀ ਹੈ। ਅੱਛਾ, ਮੇਰੇ ਕੋਲ ਰੋਜ਼ ਇੱਕ ਬੁਲਟ ਲੱਗਦਾ ਹੈ ਖਬਰ ਦੀ ਸੂਰਤ ਵਿੱਚ। ਇਹ ਜਿਹੜੇ ਵੇਲੇ ਕੋਈ ਸਿਆਸਤਦਾਨ ਸਾਹਮਣੇ ਆਵੇ ਚੈਨਲ 'ਤੇ, ਮੇਰੇ ਕੋਲ ਰੋਜ਼ ਇੱਕ ਬੁਲਟ ਮਰੇਂਦੇ। ਊ ਵਾਸਤੇ ਮੈਂ ਇੱਕ ਬੁਲਟ ਪਰੂਫ ਗਾੜੀ ਦੀ ਦਰਖਾਸਤ ਦਿੱਤੀ ਹੈ ਸਾਈਂ, ਕਿ ਮੇਰੇ ਕੋਲ ਮਿਲ ਵੰਜਣ ਇਹ ਖਬਰਾਂ, ਮੇਰੇ ਕੋਲ ਨਾ ਵੰਜਣ। ਉਹ ਤਾਂ ਬੜੇ ਮਹਿੰਗੀ ਦੇ ਹੁੰਦੀ ਸੀ ਗੱਡੀ, ਅਤੇ ਵੱਲ ਕਿਆ ਹੈ ਗਿਣ ਗਿਣ ਸੋ। ਹਾਂ, ਕਰਜ਼ਾ ਕਰਜ਼ਾ ਤਾਂ ਕੋਈ ਤਾਂ ਮਿਲ ਹੀ ਨਹੀਂ ਸਕਦਾ। ਕਿਉਂ ਨਹੀਂ ਮਿਲ ਸਕਦਾ? ਆਪਣਾ ਘਰ ਹੀ ਕਹਿ ਰਹੀ ਨਾ, ਜਾਇਦਾਦ ਹੈ। ਅੱਛਾ, ਯਾਨੀ ਪਹਿਲੇ ਪ੍ਰਾਪਰਟੀ ਸ਼ੋਅ ਕਰਨੀ ਪੈਂਦੀ ਹੈ? ਹਾਂ ਸਹੀ, ਯਾਨੀ ਜਿਹਦੇ ਕੋਲ ਪ੍ਰਾਪਰਟੀ ਕਹਿ ਰਹੀ ਕੋਈ ਕਰਜ਼ਾ ਨਹੀਂ ਮਿਲ ਸਕਦਾ? ਕੁਛ ਨਹੀਂ ਮਿਲ ਸਕਦੀ। ਤੁਹਾਨੂੰ ਕੋਈ ਥਾਂ ਬੈਠੇ ਬੈਠੇ ਮੈਂ ਹੁਣ ਸੱਚਾ ਔਰ ਝੂਠਾ ਸਾਬਤ ਕੀਤਾ ਨਾ। ਦੇਖੋ, ਕਰਜ਼ਾ ਕਿਹ ਕੋ ਮਿਲਦਾ? ਜਿਹਦੇ ਕੋਲ ਪ੍ਰਾਪਰਟੀ ਹੁੰਦੀ ਹੈ, ਹੈਂ, ਜਿਹਦੇ ਕੋਲ ਮਾਲ ਹੁੰਦਾ ਹੈ, ਊ ਕੋ ਮਿਲਦਾ। ਗਰੀਬ ਕੋ ਨਹੀਂ ਮਿਲਦਾ। ਇੱਕ ਵੀ ਗੱਲ ਵੀ ਹੋਵੇ, ਹੈਂ, ਗਰੀਬ ਦੀ ਇੰਸ਼ੋਰੈਂਸ ਵੀ ਨਹੀਂ ਥੀਂਦੀ ਜੀ। ਉਹ ਤੁਹਾਡੀ ਇੰਸ਼ੋਰੈਂਸ ਦੀ ਵੀ ਪਾਬੰਦੀ ਹੈ, ਤੁਸੀਂ ਅਖਬਾਰ ਕੱਢ ਕੇ ਬੈਠੋ। ਸਹਾਫੇ ਦੀ ਇੰਸ਼ੋਰੈਂਸ ਦੀ ਵੀ ਪਾਬੰਦੀ ਲਾਤੀ ਗਈ ਹੈ, ਕਿਉਂਕਿ ਇਹ ਹਰ ਵਕਤ ਰਿਸਕ 'ਤੇ ਹੁੰਦੇ ਨੇ। ਰਿਸਕ ਵਾਲੇ ਲੋਕ ਕੋਈ ਬਿਲਕੁਲ ਨਹੀਂ ਮਿਲ ਸਕਦਾ, ਨਾ ਕਰਜ਼ਾ ਮਿਲਦੇ ਅਤੇ ਨਾ ਹੀ ਇੰਸ਼ੋਰੈਂਸ ਦੀ ਸਕਦੀ। ਜੀ 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 ਜੀ, ਯਾਨੀ ਉਹ ਇਰਾਕ ਵਾਲੀ ਗੱਲ, ਯਾਨੀ ਜਿਵੇਂ ਉੱਥਾਂ ਸਹਾਫੀਆਂ ਕੋਲ ਸਾਫ਼ ਕੀਤਾ ਜਾਂਦਾ ਪੀ ਏ, ਇੱਥਾਂ ਵੀ ਪਲੈਨਿੰਗ ਇਹੀ ਕਿ ਇਹਨਾਂ ਕੋਈ ਇੰਸ਼ੋਰੈਂਸ ਨਾ ਦਿਓ, ਇਹਨਾਂ ਕੋਈ ਮਰਾਤ ਨਾ ਦਿਓ, ਇਹ ਸਾੜੀਆਂ ਗਾਲੀ ਸੱਚੀ ਸੱਚੀ ਗਾਲੀ ਚੈਨਲਾਂ ਉੱਤੇ ਨਾ ਸੁਣਵਾਵਣ, ਇਹ ਮਰ ਵਿਜਣ ਤਾਂ ਅਸਾਂ ਆਜ਼ਾਦ ਥੀ ਵਿਜੂ। ਇਹ ਕਦੇ ਹੋ ਨਹੀਂ ਸਕਦਾ। ਅੱਜ ਤੁਸੀਂ ਦੇਦੇ ਪਏ ਹੋ, ਅੱਜ ਜੋ ਕੁਛ ਆਵਾਮ ਕੋ ਖਬਰਦਾਰ ਕੀਤਾ ਵੇਂਦੇ ਮੀਡੀਏ ਦੇ ਜ਼ਰੀਏ ਕੀਤਾ ਵੇਂਦੇ, ਮੀਡੀਏ ਦਾ ਬਹੁਤ ਵੱਡਾ ਹੱਥ ਹੈ। ਇਹ ਜਿਹੜੇ ਚੈਨਲ ਬਣੇ ਪਏ ਨੇ, ਇਹ ਅਖਬਾਰਾਂ ਛਪਦੀਆਂ ਪਈਆਂ, ਇਹ ਆਵਾਮ ਕੋ ਬੇਦਾਰ ਕਰਨ ਕੀਤੇ ਬਣੀਆਂ ਪਏ ਨੇ। ਇੱਕ ਦਿਨ ਤੁਸੀਂ ਦੇਖ ਸੋ ਮੀਡੀਏ ਦਾ ਕਰਦਾਰ, ਜਿਹੜੇ ਵੇਲੇ ਆਵਾਮ ਬੇਦਾਰ ਥੀ ਵੇ ਸੀ, ਸੜਕਾਂ ਦੇ ਉੱਤੇ ਆਵੇ ਸੀ, ਅਤੇ ਵੱਲ ਇਹ ਟਰੈਕਟਰ ਬਣਵੇ ਸੀ, ਆਵਾਮ ਟਰੈਕਟਰ ਬਣਵੇ ਸੀ। ਇਹਦੇ ਤੱਲੇ ਵੱਧ ਸਾਰੇ ਜਾਗੀਰਦਾਰ, ਸਿਆਸਤਦਾਨ, ਸਾਰੇ ਇਹਨਾਂ ਦੇ ਤੱਲੇ ਰਗੜੇ ਵੇ ਸਨ। ਵੱਲ ਇੱਕ ਨਵਾਂ ਪਾਕਿਸਤਾਨ ਜਨਮ। ਉਹ ਗੱਲ ਸੁਣੋ, ਸ਼ਬਾਜ਼ ਸ਼ਰੀਫ ਕੋ ਪਲਾਟ ਵੀ ਖਿੱਚੀ ਬੈਠੋ, ਗੱਲ ਨਹੀਂ ਵੀ ਕਹਿੰਦੋ ਸਿਆਸਤਦਾਨਾਂ ਦੇ ਖਿਲਾਫ, ਕਿਉਂ ਪਲਾਟ ਮਨਸੂਖ ਕਰਾਉਣ ਚੱਕਰਾਂ 'ਚੋਂ? ਮੈਂ 36,000 ਖਬਰਾਂ ਛਾਪਿਆ ਅਤੇ ਲਿਖੀਆਂ ਅਤੇ ਪੜ੍ਹਿਆ ਕਿ ਜੀ ਸ਼ਬਾਜ਼ ਸ਼ਰੀਫ ਸਾਹਿਬ ਫਨਕਾਰਾਂ ਕੋ ਪਲਾਟ ਦਿੰਦੇ ਪੈਣ, ਅਖਬਾਰ ਵਾਲਿਆਂ ਕੋ ਪਲਾਟ ਦਿੰਦੇ ਪੈਣ, ਕਿੱਥਾਂ ਕਿੱਥਾਂ ਦਿੰਦੇ ਪੈਣ? ਨਾ ਅੱਜ ਤੱਕ ਮੈਂ ਸਕੀਮ ਦੇਖੀ, ਨਾ ਮੈਂ ਕੋਈ ਜਾ ਦੇਖੀ। ਕਾਗਜ਼ਾਂ ਦੇ ਉੱਤੇ ਮਿਲਦੇ ਨੇ ਅਤੇ ਕਾਗਜ਼ਾਂ ਦੇ ਉੱਤੇ ਖਤਮ ਥੀ ਵੇਂਦੇ ਨੇ, ਜਿਵੇਂ ਇਨਸਾਨ ਇੱਥੇ ਖਬਰਾਂ ਛਾਪ ਛਾਪ ਕੇ ਅਖੀਰ ਮਰ ਵੇਂਦੇ। ਅੱਛਾ, ਇਹ ਡਿਟੋਲ ਹੱਥ ਵੀ ਧੋਂਦੇ ਨੇ ਸਿਆਸਤਦਾਨ? ਹਾਂ, ਉਹਦੀ ਕੀ ਵਜ੍ਹਾ? ਕਿਸੇ ਕਈ ਗਰੀਬ ਕੋ ਮਿਲਾਉਣਾ ਪੈ ਵੇਂਦੇ ਨੇ, ਵੱਲ ਆ ਕੇ ਡਿਟੋਲ ਨਾਲ ਹੱਥ ਧੋਂਦੇ ਨੇ। ਉਹ ਤੁਸੀਂ ਆਪ ਉਹ ਤਾਂ ਖਬਰ ਸੁਣਾਈ ਹੈ ਕਿ ਵਜ਼ੀਰ ਆਜ਼ਮ ਗਿਲਾਨੀ ਸਾਹਿਬ ਦੁਆ ਕਰਕੇ। ਅੱਛਾ, ਗਿਲਾਨੀ ਸਾਹਿਬ ਇੱਕ ਸਕੂਲ ਜਾ ਕੇ ਕਈ ਗਰੀਬ ਨਾਲ ਬਹਿ ਕੇ ਬਾਕੀਆਂ ਕੋ ਹੱਥ ਮਿਲਾਏ, ਪਿਆਰ ਕੀਤਾ, ਬਸ ਡਿਟੋਲ ਨਾਲ ਹੱਥ ਧੋਤੇ, ਅਖਬਾਰਾਂ ਵਿੱਚ ਖਬਰਾਂ ਛਪ ਗਿਆ ਅਤੇ ਬਸ। ਮੌਜੂ ਖਾਨ ਸਾਹਿਬ, ਟਾਈਮ ਸਾਡਾ ਮੁੱਕਦਾ ਪੈਂਦੇ, ਕੋਈ ਚੰਗੀ ਜਿਹਾ ਕੋਈ ਗਾਣਾ ਸੁਣਾਓ ਜਾਂ ਸ਼ੇਰ ਸੁਣਾਓ, ਲੋਕ ਮਹਿਸੂਸ ਵੀ ਥੀ ਵੇਣ। ਹਾਏ 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 ਹਾਏ, ਅਖਬਾਰੀ ਲੋਕ ਨਾਲ ਬਹੁਤ ਉਵੇਂ ਪਾਰਾ ਗਰਮ ਥੀ ਵੇਂਦੇ, ਬਲੱਡ ਪਿਸ਼ਾਏ ਥੀ ਵੇਂਦੇ। ਇਹੀ ਵਾਸਤੇ ਅਮਰੀਕਾ ਦੇ ਲੋਕ ਚੰਗੇ ਹਨ, ਉਹ ਜ਼ਿਆਦਾਤਰ ਦੇ ਵੀ ਸਪੋਰਟਸ ਚੈਨਲ ਨੇ। ਤਾਕੂ ਮੈਂ ਇੱਕ ਬਰੀਕ ਖਬਰ ਦੇਵਾਂ, ਕਹੀਂ ਕੋ ਨਾ ਪਤਾ ਸੀ, ਅਮਰੀਕਾ ਦੁਨੀਆ ਦਾ ਉਹ ਵਾਹਿਦ ਮੁਲਕ ਹੈ ਜਿਹੜਾ 9 ਮੁਲਕਾਂ ਕੋ ਨੇਂਦਰ ਦੀ ਗੋਲੀ ਸਪਲਾਈ ਕਰਦਾ ਸੀ ਅੱਜ ਤੋਂ 7-8 ਸਾਲ ਪਹਿਲੇ। ਹੁਣ ਉਹਦੀ ਕਿਆ ਹਾਲਤ ਹੈ ਕਿ ਫਰਾਂਸ ਕੋਲੋਂ ਗਿੰਦੇ। ਇਹਦਾ ਮਤਲਬ ਇਹ ਕਿ ਅਮਰੀਕਾ 'ਚ ਰਹਿਣ ਵਾਲੇ 99.5% ਲੋਕ ਨੇਂਦਰ ਕੀ ਗੋਲੀ ਖਾ ਕਰ ਸੋਤੇ ਹੈ। ਕਿਆ ਬੇਸਕੂਨੀ ਹੈ ਉੱਥਾਂ, ਅਮਰੀਕਾ 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 ਹੈ, ਜਿੱਥਾਂ ਨੇਂਦਰ ਦੀ ਗੋਲੀ ਖਾ ਕੇ ਸੁਣਨਾ ਪਵੇ। ਤੁਸੀਂ ਆਪ ਅੰਦਾਜ਼ਾ ਲਾਓ ਕਿ ਦੁਨੀਆ ਕੋ ਬੇਸਕੂਨਾ ਕਰਕੇ ਆਪ ਵੀ ਬੇਸਕੂਨ ਹੈ। ਲਾਲਾ ਜੀ, ਤੁਸੀਂ ਅੱਜ ਕਈ ਕੁਛ ਹੁਰੀ ਲਿਖੇ ਸੋ, ਕੱਲ੍ਹ ਤੋਂ ਆਪ ਕੋ ਵੀ ਕੋਈ ਲਿਖੇ ਸੀ।
ਤੁਸੀਂ ਭਲਾ ਅਮਰੀਕਾ ਦੀ ਗੱਲ ਕਹਿੰਦੇ ਪਏ ਵੇ, ਹੁਣ ਤੁਸਾਂ ਜਿਹੜੇ ਉਹਨੇ ਕੱਪੜੇ ਲਾਹੇ ਨੇ ਤੁਹਾਡੇ, ਉਹ ਦਾ ਬਦਲਾ ਬੈਠੇ ਖਿੰਦੋ। ਤੁਹਾਡਾ ਮਤਲਬ ਹੈ ਕਿ ਉਹ ਮੇਰੇ ਕੱਪੜੇ ਲਾਵੇ ਤੇ ਮੈਂ ਉਹਦੇ ਨਾਲ ਲਾਵਾਂ, ਇਹ ਕਿਵੇਂ ਹੋ ਸਕਦਾ ਹੈ? ਮੈਂ ਤਾਂ ਉਹਨਾਂ ਕੋ ਬਿਲਕੁਲ ਕਾਢੇ ਸਾਂ, ਇਹ ਕਿਆ ਹੁੰਦੇ ਸੀ ਇਹ ਕੋਟ ਵਾਡੇ, ਇਹ ਮਤਲਬ ਕੋ ਕਹੀਂ, ਮੈਂ ਨਹੀਂ ਚਾਹੁੰਦਾ ਕਿ ਸਾਰੇ ਕੋ ਪਤਾ ਲੱਗ ਜਾਵੇ। ਥੋੜ੍ਹਾ ਜਿਹਾ ਨਾਜ਼ਰੀਨ, ਸਾਰਾ ਪ੍ਰੋਗਰਾਮ ਦਾ ਵੇਲਾ ਹੀ ਵਕਤ ਖਤਮ ਥੀ ਗਏ, ਔਰ ਇਹਦੇ ਨਾਲ ਆਪਣੇ ਮੇਜ਼ਬਾਨ ਅਜ਼ਹਰ ਜਤੋਈ ਕੋ ਇਜਾਜ਼ਤ, ਔਰ ਸਾਡੇ ਮਹਿਮਾਨ ਮੌਜੂ ਖਾਂ ਕੋ ਹੋਈ ਇਜਾਜ਼ਤ ਦਿਓ, ਮਿਲਦੇ ਰਾਸੂ ਇਨਸ਼ਾਅੱਲਾ ਹਫ਼ਤੇ 'ਚ ਡੂ ਨਹੀਂ, ਇਸੀ ਟਾਈਮ 'ਤੇ ਇਸੀ ਚੈਨਲ 'ਤੇ, ਔਰ ਬਾਤ ਕਰਤੇ ਰਹੇਂਗੇ ਰੋਹੀ ਕੀ।